ਹਾਂਜੀ ਗੁੱਡ ਈਵਨਿੰਗ ਸਟੂਡੈਂਟਸ ਬੇਟਾ ਆਪਾਂ ਅੱਜ ਟੌਪਿਕ ਕਰਨਾ ਹੈ ਵੈਨ ਡਾਇਗਰਾਮ ਦਾ ਸੈਕੰਡ ਪਾਰਟ ਠੀਕ ਹੈ ਵੈਨ ਡਾਇਗਰਾਮ ਦਾ ਆਪਾਂ ਨੇ ਦੂਜਾ ਪਾਰਟ ਕਰਨਾ ਹੈ ਦੇਖੋ ਕਰਨਾ ਕਿਵੇਂ ਆਪਾਂ ਨੇ ਠੀਕ ਹੈ ਇਹਦੇ 'ਚ ਦੇਖੋ ਆਪਾਂ ਨੇ ਕੀ ਕਵਰ ਕਰਨਾ ਹੈ ਜਿਵੇਂ ਦੇਖੋ ਫਸਟ ਦੇ ਵਿੱਚ ਇਹਦੇ 'ਚ ਤੁਹਾਨੂੰ ਨਾ ਆਵੇਂ ਡਾਇਗਰਾਮ ਦਿੱਤੀ ਹੋਈ ਇਕ ਪਹਿਲੀ ਹੈ ਆ ਦੂਜੀ ਹੈ ਆ ਤੀਜੀ ਹੈ ਆ ਚੌਥੀ ਡਾਇਗਰਾਮ ਹੈ ਦੇਖੋ ਚਾਰ ਡਾਇਗਰਾਮ ਹੈ ਤੁਹਾਨੂੰ ਹੁਣ ਜਿਵੇਂ ਇਹਨਾਂ ਪਹਿਲਾ ਹੀ ਕੁਐਸਚਨ ਦਿੱਤਾ ਹਾ ਇੱਕ ਵਿਗਿਆਨ ਹੈ ਇੱਕ ਪੌਤਿਕ ਵਿਗਿਆਨ ਹੈ ਇੱਕ ਰਸਾਇਣਿਕ ਵਿਗਿਆਨ ਹੈ ਜਿਵੇਂ ਦੇਖੋ ਆ ਤਾਂ ਹੁੰਦਾ ਵਿਗਿਆਨ ਬੜੀ ਚੀਜ਼ ਵਿਗਿਆਨ ਦਾ ਹਿੱਸਾ ਹੀ ਹੁੰਦਾ ਹੈ ਛੋਟੀ ਚੀਜ਼ ਹੁੰਦੀ ਹੈ ਪੌਤਿਕ ਵਿਗਿਆਨ ਠੀਕ ਹੈ ਇਹ ਹੀ ਹਿੱਸਾ ਹੁੰਦਾ ਤੇ ਪੌਤਿਕ ਵਿਗਿਆਨ ਅਲੱਗ ਚੀਜ਼ ਹੈ ਰਸਾਇਣਿਕ ਵਿਗਿਆਨ ਅਲੱਗ ਚੀਜ਼ ਹੈ ਇਹਨਾਂ ਦਾ ਆਪਸ ਵਿੱਚ ਕੋਈ ਲੈਣਾ ਦੇਣਾ ਨਹੀਂ ਬਸ ਇਹ ਵਿਗਿਆਨ ਦਾ ਹਿੱਸਾ ਨੇ ਆ ਵਿਗਿਆਨ ਹੈ ਆ ਪੌਤਿਕ ਹੋ ਗਿਆ ਆ ਰਸਾਇਣਿਕ ਹੋ ਗਿਆ ਤਾਂ ਇਹਦਾ ਆਨਸਰ ਕੀ ਆਊਗਾ ਤੁਹਾਡਾ ਆੜਾ ਆਊਗਾ ਦੇਖੋ ਸਹੀ ਹੈ ਪਹਿਲੇ ਦਾ ਚਲੋ ਦੂਜਾ ਕੁਐਸਚਨ ਚੱਲੀਏ ਦੇਖੋ ਦੂਜਾ ਕੁਐਸਚਨ ਦੂਜਾ ਕੁਐਸਚਨ ਕਹਿੰਦਾ ਕਾਗਜ਼ ਐ ਸਟੇਸ਼ਨਰੀ ਐ ਸਿਆਹੀ ਐ ਇੱਕ ਕਾਗਜ਼ ਐ ਇੱਕ ਸਟੇਸ਼ਨਰੀ ਐ ਇੱਕ ਸਿਆਹੀ ਐ ਦੇਖੋ ਇਹਦੇ ਵਿੱਚ ਕੀ ਹੋ ਰਿਹਾ ਕਾਗਜ਼ ਸਟੇਸ਼ਨਰੀ ਤੇ ਸਿਆਹੀ ਦੇਖੋ ਜਿਹੜੀ ਤਾਂ ਸਟੇਸ਼ਨਰੀ ਹੁੰਦੀ ਆ ਉਹ ਤਾਂ ਬੜੀ ਜੀ ਹੋਗੀ ਸਟੇਸ਼ਨਰੀ ਦਾ ਹਿੱਸਾ ਕਾਗਜ਼ ਐ ਕਾਗਜ਼ ਦਾ ਹੀ ਹਿੱਸਾ ਸਿਆਹੀ ਅਲੱਗ ਚੀਜ਼ ਆ ਕਾਗਜ਼ ਦੇ ਸਿਆਹੀ ਦਾ ਕੋਈ ਆਹ ਕਾਗਜ਼ ਐ ਆ ਸੇ ਆਈ ਹੈ ਜਿਹੜੀ ਆ ਬੜੀ ਚੀਜ਼ ਐ ਸਟੇਸ਼ਨਰੀ ਐ ਕਲੀਅਰ ਤਾਂ ਇਹਦਾ ਆਨਸਰ ਵੀ ਆੜ ਹੀ ਆ ਗਿਆ ਕਲੀਅਰ ਐ ਦੇਖੋ ਕਲੀਅਰ ਐ ਸਾਰਿਆਂ ਨੂੰ ਚੱਲੀ ਅਗਲਾ 3 ਦੇਖੋ ਸੂਰਜ ਧਰਤੀ ਤੇ ਗ੍ਰਹਿ ਸੂਰਜ ਧਰਤੀ ਤੇ ਗ੍ਰਹਿ ਦੇਖੋ ਇਹਦੇ ਚ ਕੀ ਹੋਇਆ ਸੂਰਜ ਐ ਧਰਤੀ ਐ ਤੇ ਗ੍ਰਹਿ ਐ ਇਹ ਦੇਖੋ ਇਹਦੇ ਚ ਕਿਹੜਾ ਆਨਸਰ ਹੋਊਗਾ ਦੇਖੋ ਜਿਹੜੀ ਆਪਾਂ ਨੂੰ ਪਤਾ ਆ ਤਾਂ ਹੋ ਗਏ ਗ੍ਰਹਿ ਗ੍ਰਹਿ ਧਰਤੀ ਆਪਾਂ ਨੂੰ ਪਤਾ ਇੱਕ ਗ੍ਰਹਿ ਹੀ ਹੈ ਧਰਤੀ ਇਹਦੇ ਅੰਦਰ ਆ ਗਈ ਸੂਰਜ ਦਾ ਨਹੀਂ ਗ੍ਰਹਿ ਇਹ ਪਤਾ ਹੋਣਾ ਜਿੱਦੇ ਤੁਹਾਨੂੰ ਸੂਰਜ ਗ੍ਰਹਿ ਨਹੀਂ ਹੈ ਸੂਰਜ ਦਾ ਇੱਕ ਤਾਰਾ ਹੈ ਇਹ ਅਲੱਗ ਹੈ ਤਾਂ ਆ ਜੀ ਫਿਗਰ ਦੇਖੋ ਪਹਿਲੀ ਉਹ ਬਣੀ ਹੋਈ ਹੈ ਊਡ ਆਨਸਰ ਇਹਦਾ ਦੇਖੋ ਕਲੀਅਰ ਹੈ ਚਲੋ ਅੱਗੇ چل ਜੀਏ ਸਮਝ ਆ ਗਿਆ ਬੇਟਾ ਚੌਥਾ ਕੁਐਸਚਨ ਦੇਖੋ ਵాయుਮੰਡਲ ਹਾਈਡਰੋਜਨ ਆਕਸੀਜਨ ਇਹਦੇ ਚ ਦੇਖੋ ਕੀ ਆ ਆਪਾਂ ਨੂੰ ਪਤਾ ਆ ਤਾਂ ਹੁੰਦਾ ਵాయుਮੰਡਲ ਵਾਯੂ ਮੰਡਲ ਚ ਅਲੱਗ-ਅਲੱਗ ਗੈਸਾਂ ਇੱਕ ਹਾਈਡਰੋਜਨ ਗੈਸ ਵੀ ਹੋਣੀ ਹੈ ਇੱਕ ਆਕਸੀਜਨ ਗੈਸ ਵੀ ਹੋਣੀ ਹੈ ਤੇ ਹਾਈਡਰੋਜਨ ਤੇ ਆਕਸੀਜਨ ਆਪਸ ਚ ਕਦੇ ਨਹੀਂ ਮਿਲਦੇ ਕੋਈ ਐਜ ਜੀ ਗੈਸ ਨਹੀਂ ਹੈ ਜਿਹੜੀ ਹਾਈਡਰੋਜਨ ਵੀ ਹੋਵੇ ਆਕਸੀਜਨ ਵੀ ਹੋਵੇ ਤਾਰ ਕੇ ਇਹਦੀ ਫਿਗਰ ਕੈਜੀ ਬਣੂਗੀ ਇਹਦੀ ਫਿਗਰ ਐ ਜੀ ਬੰਨੀ ਹੈ ਬੇਟਾ ਦੇਖੋ ਕਲੀਅਰ ਹੈ ਇਹਦੀ ਫਿਗਰ ਆਹੀ ਬੰਨੀ ਹੈ ਡਨ ਅਗਲਾ ਪੰਜਵਾਂ ਕੁਐਸਚਨ ਪਹਾੜ ਜੰਗਲ ਤੇ ਧਰਤੀ ਪਹਾੜ ਹੈ ਜੰਗਲ ਹੈ ਧਰਤੀ ਹੈ ਦੇਖੋ ਪਹਿਲੇ ਨੰਬਰ ਤੇ ਤਾਂ ਆ ਗਿਆ ਧਰਤੀ ਆ ਗਈ ਆ ਗਈ ਧਰਤੀ ਤੇ ਪਹਾੜ ਆ ਗਈ ਆ ਜੀ ਧਰਤੀ ਤੇ ਕਿਤੇ ਨਾ ਕਿਤੇ ਪਹਾੜ ਹੋਣਗੇ ਕਿਤੇ ਨਾ ਕਿਤੇ ਜੰਗਲ ਵੀ ਹੋਣਗੇ ਬਟ ਕੁਝ ਜੰਗਲ ਐ ਜਿਹਨੇ ਜਿਹੜੇ ਪਹਾੜਾ ਤੇ ਵੀ ਹੋਣਗੇ ਤਾਂ ਕਿ ਇਹਦਾ ਵਿਚਾਲਾ ਸਾਂਝਾ ਪੋਰਸ਼ਨ ਵੀ ਧਾਣਾ ਪੈਣਾ ਦੋਨੋਂ ਐ ਨਹੀਂ ਜੰਗਲ ਅਲੱਗ ਹੋਣਗੇ ਪਹਾੜ ਅਲੱਗ ਹੋਣਗੇ ਆਪਾਂ ਨੂੰ ਪਤਾ ਨਾ ਕੁਝ ਜੰਗਲ ਦੇ ਜੰਗਲ ਪਹਾੜਾਂ ਦੇ ਵੀ ਹੁੰਦੇ ਨੇ ਤਾਰ ਕੇ ਇਹਦੀ ਡਾਇਗਰਾਮ ਆਉਗੀ ਥੋ ਡੀ ਈ ਡੀ ਇਹਦਾ ਈ ਡੀ ਅਨਸਰ ਹੋਣਾ ਹੈ ਦੇਖੋ ਧਿਆਨ ਨਾਲ ਈ ਡੀ ਦੇ ਵਿੱਚ ਡਾਇਗਰਾਮ ਐਜਿਓ ਬਣੀ ਹੋਈ ਹੈ ਬੇਟਾ ਆ ਦੇਖੋ ਈ ਡੀ ਦੀ ਡਾਇਗਰਾਮ ਕਲੀਅਰ ਦੇਖੋ ਸਮਝ ਆ ਗਿਆ ਬੇਟਾ ਲੋ ਜੀ ਹੁਣ ਤੁਹਾਡੇ ਲਈ ਤੁਸੀਂ ਮੈਨੂੰ ਕਮੈਂਟ ਬਾਕਸ ਚ ਮੈਸੇਜ ਕਰਕੇ ਇਹਨਾਂ ਦੇ ਅਨਸਰ ਦੱਸਣੇ ਨੇ ਕੀ ਹੋਣਗੇ ਚਲੋ ਇੱਕ ਹੋਰ ਦੇਖ ਲਈਏ ਆਹ ਦੇਖ ਲਈਏ ਕੀ ਆ ਚੀਜ਼ ਹੈ ਸੈਕਿੰਡ ਪਾਰਟ ਰਾਜ ਹੈ ਦੇਸ਼ ਹੈ ਸ਼ਹਿਰ ਦੇਖੋ ਪਹਿਲਾਂ ਤਾਂ ਇੱਕ ਹੋ ਗਿਆ ਸ਼ਹਿਰ ਸ਼ਹਿਰ ਕਿਹਦੇ ਜੁੰਦੇ ਨੇ ਰਾਜ ਰਾਜ ਕਿਹਦੇ ਜੁੰਦਾ ਦੇਸ਼ ਦੇ ਵਿੱਚ ਹੀ ਹੁੰਦਾ ਦੇਖੋ ਇਹਦਾ ਆਨਸਰ ਉਡਾ ਆਣਾ ਪਹਿਲੇ ਵਾਲਾ ਦੇਖੋ ਕਲੀਅਰ ਹੈ ਇਹਦਾ ਆਨਸਰ ਅਹੀ ਬਣੂਗਾ ਠੀਕ ਹੈ ਅਗਲਾ ਦੇਖੋ ਇੱਕ ਸੋਨਾ ਏ ਗਹਿਣੇ ਨੇ ਚਾਂਦੀ ਨੇ ਦੇਖੋ ਆਹਤਾ ਬਣਾ ਲਿਆ ਗਹਿਣੇ ਕੁਝ ਗਹਿਣੇ ਸੋਨੇ ਦੇ ਹੁੰਦੇ ਨੇ ਕੁਝ ਗਹਿਣੇ ਚਾਂਦੀ ਦੇ ਹੁੰਦੇ ਨੇ ਬਟ ਐਜਾ ਕੋਈ ਨਹੀਂ ਜਿਹੜਾ ਸੋਨੇ ਦਾ ਵੀ ਹੋਵੇ ਚਾਂਦੀ ਦਾ ਵੀ ਹੋਵੇ ਤਾਂ ਇਹਦੀ ਫਿਗਰ ਐ ਜੀ ਉਹ ਕੀ ਆਡਾ ਆਂਸਰ ਆਊਗਾ ਦੇਖੋ ਕਲੀਅਰ ਹੈ ਚਲੋ ਅਗਲਾ ਦੇਖੋ ਆਹ ਦੇਖਿਓ ਉੱਤਰ ਪ੍ਰਦੇਸ਼ ਤਾਜ ਮਹਿਲ ਆਗਰਾ ਦੇਖੋ ਪਹਿਲੇ ਨੰਬਰ ਤੇ ਤਾਂ ਤਾਜ ਮਹਿਲ ਆਇਆ ਤਾਜ ਮਹਿਲ ਕਿੱਥੇ ਐ ਆਗਰੇਜ ਐ आगरा किथे है उत्तर प्रदेश देखो एदा ਊੜਾ ਹੀ ਆਂਸਰ ਆਉ క్లియర్ ਚਲੋ ਅਗਲਾ ਚੱਲੀਏ ਹੋਰ ਕਿਹੜਾ ਇਹਦੇ ਚ ਰਹਿ ਗਿਆ ਚਲੋ ਪਹਿਲਾ ਦੇਖੀਏ ਲੜਕੀਆਂ ਐਥਲੀਟ ਗਾਇਕਾਂ ਵਾਂ ਦੇਖੋ ਜਿਹੜੀਆਂ ਲੜਕੀਆਂ ਨੇ ਕੁਝ ਲੜਕੀਆਂ ਐਥਲੀਟ ਹੋਣਗੀਆਂ ਸਾਰੀਆਂ ਤਾਂ ਨਹੀਂ ਐਥਲੀਟ ਹੁੰਦੀਆਂ ਤੇ ਕੁਝ ਲੜਕੀਆਂ ਜਿਹੜੀਆਂ ਨੇ ਗਾਇਕਾਵਾਂ ਵੀ ਹੋਣਗੀਆਂ ਤੇ ਕੀ ਅਲੱਗ ਤਾਂ ਹੋ ਨਹੀਂ ਸਕਦਾ ਕੁਝ ਲੜਕੀਆਂ ਇਹ ਨਹੀਂ ਦੇਖੋ ਇਹਦੇ ਚ ਫਿਗਰ ਕਿਹੜੀ ਬਣੂਗੀ ਪਹਿਲੇ ਚ ਲੜਕੀਆਂ ਐਥਲੀਟ ਗਾਇਕਾਵਾਂ ਆ ਤਾਂ ਨਹੀਂ ਹੁੰਦੀ ਜੀ ਪਹਿਲੀ ਤਾਂ ਕਲੀਅਰ ਹੈ ਪਹਿਲੀ ਫਿਗਰ ਨਹੀਂ ਹੋਣੀ ਕੀ ਜੇ ਆ ਲੜਕੀਆਂ ਨੇ ਐਥਲੀਟ ਵੀ ਹੋਣ ਜੁਈ ਨਹੀਂ ਸਾਰੀਆਂ ਐਥਲੀਟ ਲੱਗ ਹੋਣਗੀਆਂ ਗਾਇਕਾਵਾਂ ਲੱਗ ਹੋਣਗੀਆਂ ਇਹ ਵੀ ਨਹੀਂ ਹੁੰਦੀ ਜੇ ਮੈਂ ਇਹਨੂੰ ਲੜਕੀਆਂ ਕਹਾਂ ਆ ਵੀ ਨਹੀਂ ਬਿਲਕੁਲ ਹੁੰਦੀ ਇਹਦਾ ਆਨਸਰ ਆਈ ਹੋਊਗਾ ਜਿਹੜੀਆਂ ਲੜਕੀਆਂ ਵਾਂ ਨੇ ਐਥਲੀਟ ਹੋਣਗੀਆਂ ਤੇ ਕੁਝ ਲੜਕੀਆਂ ਜਿਹੜੀਆਂ ਨੇ ਗਾਇਕਾਵਾਂ ਹੋਣਗੀਆਂ ਐਵੇਂ ਹੀ ਬਣੂਗੀ ਇਹਦੀ ਫਿਗਰ ਦਾ ਦਾ ਅਨਸਰ ਕਿਹੜੀ ਆਊਗਾ ਕਲੀਅਰ ਸਾਰਿਆਂ ਨੂੰ ਦੇਖੋ ਲੋ ਇੱਕ ਕੁਐਸਚਨ ਹੋਰ ਰਹਿ ਗਿਆ ਉਹਨਾਂ ਲਈ ਖਤਮ ਕਰੀਏ ਟਾਪਿਕ ਲੋ ਅਗਲਾ ਦੇਖੋ ਅਗਲੇ ਕੁਐਸਚਨ ਚ ਕੀ ਕਹਿ ਰਿਹਾ ਹੈ ਕਹਿੰਦਾ ਕਾਪਰ ਕਾਗਜ਼ ਤਾਰ ਕਾਪਰ ਕਾਗਜ਼ ਤਾਰ ਤਾਰ ਤਾਂ ਲੱਗ ਜੀ ਹੈ ਟੋਟਲੀ ਆ ਸੋਰੀ ਕਾਗਜ਼ ਆ ਕਾਗਜ਼ ਦਾ ਚੀਜ਼ ਹੋਗੀ ਤੇ ਇੱਕ ਕਾਪਰ ਪਰ ਤੇ ਤਾਰ ਤਾਰ ਦੇ ਵਿੱਚ ਕਾਪਰ ਵੀ ਹੁੰਦਾ ਕਈ ਵਾਰ ਤਾਂ ਕੁਝ ਤਾਰ ਕਾਪਰ ਦੀ ਵੀ ਹੁੰਦੀ ਹੈ ਆ ਬਣੂਗੀ ਇਹਦੀ ਫਿਗਰ ਆ ਪੂਰੀ ਫਿਗਰ ਬੰਨੀ ਆ ਸਸਾ ਇਹਦਾ ਅਨਸਰ ਆਣਾ ਆਈ ਹੋਪ ਕਲੀਅਰ ਆ ਗਿਆ ਹੋਣਾ ਬੇਟਾ ਲੋ ਅਗਲਾ ਕੁਸ਼ਣ ਦੇਖੀਏ ਇੱਕ ਹੋਰ ਲੋ ਆ ਦੇਖੀਓ ਜੇ 6ਵਾਂ ਕੁਸ਼ਣ ਸਮਝ ਆਂਦਾ ਮੇਜ਼ ਕੁਰਸੀਆਂ ਫਰਨੀਚਰ ਮੇਜ਼ ਐ ਕੁਰਸੀਆਂ ਐ ਫਰਨੀਚਰ ਐ ਫਰਨੀਚਰ ਤਾਂ ਹੋ ਗਈ ਬੜੀ ਚੀਜ਼ ਕੁਰਸੀਆਂ ਆ ਹੋ ਗਈਆਂ ਤੇ ਮੇਜ਼ ਦੋਨੋਂ ਅਲੱਗ-ਅਲੱਗ ਚੀਜ਼ਾਂ ਐ ਦੀ ਫਿਗਰ ਇਹਦੀ ਹੋ। ਕਲੀਅਰ? ਲੋ ਤੁਹਾਡੇ ਲਈ ਹੁਣ ਹੋਮਵਰਕ ਹੈ ਤੁਸੀਂ 7ਵੇਂ ਕੁਐਸਚਨ ਦਾ ਆਨਸਰ ਮੈਨੂੰ ਕਮੈਂਟ ਬਾਕਸ 'ਚ ਲਿਖ ਕੇ ਦੱਸਣਾਵੇਂ। 7ਵੇਂ ਦਾ ਕੀ ਆ ਹੋ, 8ਵੇਂ ਦਾ ਕੀ ਆ ਹੋ, 9ਵੇਂ ਦਾ ਕੀ ਆ ਹੋ ਤੇ 10ਵੇਂ ਦਾ ਕੀ ਆ ਹੋ। ਦੇਖਦੇ ਆ ਕਿੰਨੇ ਕ ਜਾਣੇ ਬੱਚਿਆਂ ਦਾ ਸਹੀ ਆਨਸਰ ਆਂਦਾ ਬੇਟਾ। ਕਲੀਅਰ ਐ? ਠੀਕ ਐ। ਚਲੋ ਥੈਂਕ ਯੂ ਬੇਟਾ। ਹੈਵ ਅ ਨਾਈਟ। ਲੋ ਬੇਟਾ ਇਹਦਾ ਵੀ ਆਨਸਰ ਤੁਸੀਂ ਦੱਸਣਾ ਨਾਲ। 11ਵਾਂ 12ਵਾਂ 13ਵਾਂ 14ਵਾਂ ਦਾ ਵੀ ਅੰਸਰ ਤੁਸੀਂ ਨਾਲ ਹੀ ਕਮੈਂਟ ਬਾਕਸ 'ਚ ਦੱਸਣਾ ਬੇਟਾ ਠੀਕ ਹੈ ਚਲੋ ਥੈਂਕ ਯੂ ਬੇਟਾ